ਵਿੱਚੋਂ ਚੰਦ ਨਬੀਆਂ ਤੋਂ ਬਗੈਰ ਅੱਲਾਹ ਦੇ ਸਾਰੇ ਨਬੀਆਂ ਦੇ ਵਾਲਦੇ ਮੁਹਤਰਮ ਦਾ ਨਾਂ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਹੈ। ਉਲਮਾ ਫਰਮਾਉਂਦੇ ਨੇ ਕਿ ਤਕਰੀਬਨ 70,000 ਨਬੀ ਐਸੇ ਕਾਇਨਾਤ ਵਿੱਚ ਤਸ਼ਰੀਫ ਲੈ ਕੇ ਆਏ ਜਿਹੜੇ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੀ ਨਸਲੇ ਪਾਕ ਵਿੱਚੋਂ ਆਏ। ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੀ ਔਲਾਦ ਮੁਬਾਰਕ ਵਿੱਚੋਂ ਆਏ। 70,000 ਨਬੀਆਂ ਦਾ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੀ ਨਸਲ ਮੁਬਾਰਕ ਵਿੱਚੋਂ ਤਸ਼ਰੀਫ ਲੈ ਕੇ ਆਉਣਾ ਇਹ ਆਪਣੀ ਜਗ੍ਹਾ ਬਹੁਤ ਬੜਾ ਸ਼ਾਨ ਮਰਤਬੇ ਔਰ ਮਕਾਮ ਦੀ ਬਾਤ ਹੈ। ਲੇਕਿਨ ਜਿਸ ਮਹਿਬੂਬ ਦੀ ਖਾਤਰ ਅੱਲਾਹ ਦੀ ਜ਼ਾਤ ਪਾਕ ਨੇ ਪੂਰੀ ਕਾਇਨਾਤ ਨੂੰ ਖਲਕ ਫਰਮਾਇਆ, ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਵੀ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੀ ਨਸਲੇ ਪਾਕ ਦੇ ਵਿੱਚੋਂ ਦੁਨੀਆ ਦੇ ਅੰਦਰ ਤਸ਼ਰੀਫ ਲੈ ਕੇ ਆਏ। ਸਾਡੇ ਨਬੀ ਦਾ ਫਰਮਾਨੇ ਪਾ ਕੇ ਸਰਕਾਰ ਨੇ ਫਰਮਾਇਆ ਕਿ ਮੈਂ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੀ ਦੁਆ ਬਣ ਕੇ ਆਇਆ। ਖਾਨਾ ਕਾਬਾ ਸ਼ਰੀਫ ਬਣਾਉਣੇ ਤੋਂ ਬਾਅਦ ਬੈਤੁੱਲਾ ਸ਼ਰੀਫ ਦੀ ਤਾਮੀਰ ਫਰਮਾਉਣੇ ਤੋਂ ਬਾਅਦ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਅਰਜ਼ ਕੀਤੀ ਕਿ ਹੈ ਅੱਲਾਹ, ਮੈਂ ਕਾਬਾ ਬਣਾਇਆ ਹੈ ਉਸ ਮਹਿਬੂਬੇ ਪਾਕ ਨੂੰ ਮੇਰੀ ਨਸਲ ਵਿੱਚੋਂ ਮੇਰੀ ਜ਼ੁਰੀਅਤ ਵਿੱਚੋਂ ਭੇਜ ਛੱਡ ਕਿ ਜਿਹੜਾ ਇਸ ਕਾਬੇ ਨੂੰ ਆਬਾਦ ਫਰਮਾਏ। ਮੁਹੱਬਤ ਦਾ ਜਵਾਬ ਹਮੇਸ਼ਾ ਮੁਹੱਬਤ ਨਾਲ ਹੋਇਆ ਕਰਦਾ ਹੈ, ਪਿਆਰ ਦਾ ਜਵਾਬ ਹਮੇਸ਼ਾ ਪਿਆਰ ਨਾਲ ਹੋਇਆ ਕਰਦਾ ਹੈ। ਸ਼ਾਇਦ ਇਹੋ ਹੀ ਵਜ੍ਹਾ ਸੀ ਕਿ ਅੱਜ ਵੀ ਸਰਕਾਰ ਦੀ ਉਮਤ ਜਿਸ ਵਕਤ ਅੱਲਾਹ ਦੀ ਨਮਾਜ਼ ਪੜ੍ਹਨੇ ਦੀ ਸਾਦਤ ਹਾਸਲ ਕਰਦੀ ਹੈ, ਨਮਾਜ਼ ਦੇ ਅੰਦਰ ਜਿੱਥੇ ਸਰਕਾਰ 'ਤੇ ਦਰੂਦ ਪੜ੍ਹਿਆ ਜਾਂਦਾ ਹੈ, ਸਰਕਾਰ ਦੀ ਆਲ 'ਤੇ ਦਰੂਦ ਪੜ੍ਹਿਆ ਜਾਂਦਾ ਹੈ, ਉੱਥੇ ਹਜ਼ਰਤ ਇਬਰਾਹੀਮ ਔਰ ਉਹਨਾਂ ਦੀ ਆਲ 'ਤੇ ਵੀ ਦਰੂਦ ਪੜ੍ਹਿਆ ਜਾਂਦਾ ਹੈ। ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੀ ਸੀਰਤ ਮੁਬਾਰਕ ਦਾ ਵਾਕਿਆ ਸਰਕਾਰ ਇਬਰਾਹੀਮ ਅਲੈਹਿ ਸਲਾਮ ਦੇ ਹਾਲਾਤ, ਹਜ਼ਰਤ ਇਬਰਾਹੀਮ ਪਾਕ ਦੇ ਪਾਕ ਇਮਤਿਹਾਨ, ਅਗਰ ਉਹਨਾਂ ਨੂੰ ਸਾਰਿਆਂ ਨੂੰ ਤਫਸੀਲਾਂ ਨਾਲ ਬਿਆਨ ਕੀਤਾ ਜਾਏ, ਮੇਰੇ ਜੈਸਾ ਇੱਕ ਤਾਲਬ ਇਲਮ, ਇੱਕ ਆਮਾ ਤੋਂ ਆਮ ਜਿਹਾ ਇਨਸਾਨ, ਮੁਝ ਗੁਨਾਹਗਾਰ ਨੂੰ ਅਗਰ ਹੁਕਮ ਦਿੱਤਾ ਜਾਏ ਕਿ ਤੂੰ ਹਜ਼ਰਤ ਇਬਰਾਹੀਮ ਅਲੈਹਿ